ਮੱਖਣ ਸਿੰਘ ਮਾਨ 3 ਕਰੋੜ ਲੋਕਾਂ ਨੇ ਤੁਹਾਨੂੰ ਮੈਂਡੇਟ ਦਿੱਤਾ, ਉੱਠ ਸ਼ੇਰ ਬਣ, ਤੇਰੀ ਜ਼ਿੰਮੇਵਾਰੀ ਆ ਮੁੱਖ ਮੰਤਰੀ ਸਾਹਿਬ ਇਸ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣੀ, ਇਸ ਗੁੰਡਾਗਰਦੀ ਤੋਂ ਨੰਗਾ ਨਾਚ ਨੂੰ ਬਚਾਉਣਾ। ਅਸੀਂ ਸਾਰੇ ਇਸ ਗੱਲ ਨਾਲ ਸਪੋਰਟ ਕਰਾਂਗੇ, ਪੰਜਾਬ ਨੂੰ ਅਸੀਂ ਬਰਬਾਦ ਹੋਣਾ ਨਹੀਂ ਚਾਹੁੰਦੇ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਮਾਰੋ, ਕਿਸੇ ਨੂੰ ਕੇਸ ਕਰੋ, ਫੜੋ, ਚਾਹੇ ਅੰਮ੍ਰਿਤਪਾਲ ਹੀ ਹੋਵੇ, ਪਰ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰਹਿਣੀ ਚਾਹੀਦੀ ਹੈ। ਉਰੇ ਕਿਰਪਾਨਾਂ ਗੁੰਡਿਆਂ ਨੰਗਿਆਂ ਨਾਚ ਨਹੀਂ ਹੋਣਾ ਚਾਹੀਦਾ। 3 ਕਰੋੜ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ। ਛੱਡੋ ਕਿਸੇ ਮੰਤਰੀਆਂ ਦੀ MLAਆਂ ਦੀ ਗੱਲ, ਉਹਦਾ ਸਾਨੂੰ ਪਤਾ ਕਿੰਨੇ ਕੁ ਜਾਣ ਵਾਲੇ ਆ, ਪਰ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਜ਼ਰੂਰ ਭਗਤ ਸਿੰਘ ਵਾਲੀ ਪੱਗ ਦਾ ਰੰਗ ਬੰਨਦੇ ਹੋ, ਤੁਹਾਡੇ ਤੋਂ ਬੜੀ ਆਸ ਆ। ਮਤ ਚੁੱਕੋ ਇਹ ਗੁੰਡਿਆਂ ਦੇ ਅੱਗੇ, ਮਤ ਚੁੱਕੋ ਇਹ ਗੁੰਡਿਆਂ ਦੇ ਅੱਗੇ, ਨਹੀਂ ਸਰ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਵੀ ਐਡਾ ਵੱਡਾ ਮੈਂਡੇਟ ਤੁਹਾਨੂੰ ਦਿੱਤਾ ਸੀ। ਉੱਠ ਕੇ ਆਪਣੀ ਪੰਜਾਬੀਆਂ ਵਾਲੀ ਗੱਲ ਕਰੋ, ਭਗਤ ਸਿੰਘ ਦੇ ਰੰਗ ਵਾਲੀ ਗੱਲ ਕਰੋ। ਜਿਹੜੇ ਵੀ ਇਹ ਦੇਸ਼ ਦੇ ਪੰਜਾਬ ਦੇ ਦੁਸ਼ਮਣ ਨੇ, ਇਹਨਾਂ ਨੂੰ ਸਿਰ ਨਾ ਚੱਕਣ ਦਿਓ, ਨਹੀਂ ਤੁਹਾਨੂੰ ਵੀ ਕੱਲ੍ਹ ਨੂੰ ਕੋਈ ਕਹਿ ਤਾਂ ਦਿੰਦੇ ਆ ਨਾ, ਸ਼ਹੀਦੀ ਆਦਮ ਸਿਆਰ ਬੇਅੰਤ ਸਿੰਘ, ਵੀ ਉਹ ਸ਼ੇਰ ਵਰਗਾ ਕੋਈ ਜੰਮਣਾ ਨਹੀਂ, ਉਹ ਬੱਬਰ ਸ਼ੇਰ ਸੀ, ਉਹ ਇੱਕੋ ਹੀ ਸੀ, ਅਤੇ ਤੁਸੀਂ ਵੀ ਸ਼ੇਰ ਬਣ ਕੇ ਜ਼ਰੂਰ ਦਿਖਾਇਓ ਜੇ ਬੱਬਰ ਸ਼ੇਰ ਨਹੀਂ ਬਣ ਸਕਦੇ। ਉਹ ਤਾਂ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਸੀ, ਜਿਹਨਾਂ ਨੂੰ ਪਤਾ ਸੀ ਵੀ ਇਹੋ ਜਿਹੇ ਹਜ਼ਾਰ ਫਿਰਦੇ ਸੀ ਅੰਮ੍ਰਿਤਪਾਲ ਵਰਗੇ ਹਜ਼ਾਰ, ਉਹ ਇਕੱਲਾ ਬੱਬਰ ਸ਼ੇਰ ਨਿਕਲ ਕੇ ਪੰਜਾਬ 'ਚ ਘੁੱਗ ਵਸਤੇ, ਪੰਜਾਬ 'ਚ ਗਿੱਧੇ ਭੰਗੜਿਆਂ ਦਾ ਪੰਜਾਬ ਲਿਆ ਤਾ, ਪਰ ਉਹ ਝੁਕਿਆ ਨਹੀਂ ਸੀ ਕਦੇ ਐਸੇ ਬੰਦਿਆਂ ਦੇ, ਕਦੇ ਵੀ ਇਹ ਧਰਨੇ ਲਾ ਲੈਣਗੇ, ਇਹ ਕਿਸੇ ਚੀਜ਼ ਦਾ ਪਰਚਾ ਕੈਂਸਲ ਕਰਾ ਲੈਣਗੇ, ਉਹ ਕਦੇ ਨਹੀਂ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਉਹ ਜਾਨ ਹੁੰਦੀ ਆ, ਇੱਕ ਵਾਰ ਜਦੋਂ ਟੈਰਰਿਜ਼ਮ ਬਿਲਕੁਲ ਸਰਕਾਰ 92 'ਚ ਬਣੀ, ਇਹ ਲੁਧਿਆਣੇ ਜ਼ਿਲ੍ਹੇ ਦੀ ਗੱਲ ਆ, ਕਿਸੇ ਨੂੰ ਪੁੱਛ ਲਿਓ, ਇੱਕ ਪੁਲਿਸ ਦਾ ਇਸੇ ਤਰੀਕੇ ਦਾ ਕੋਈ ਟੈਰਰਿਸਟ ਨੂੰ ਫੰਡ ਐਨਕਾਊਂਟਰ ਚੱਲ ਰਿਹਾ ਸੀ। ਅੱਜ ਬੇਅਦਬੀ ਦੀ ਗੱਲ ਕਰਦੇ ਹਾਂ ਨਾ, ਮੈਂ ਗੁਰੂ ਗ੍ਰੰਥ ਸਾਹਿਬ 'ਤੇ ਮੇਰੀ ਯਾਦ ਆ ਗਈ ਗੱਲ, ਇਹ ਹੁੰਦੀ ਆ ਰਾਜ ਦੀ ਗੱਲ, ਇਹ ਹੁੰਦੀ ਆ ਰਾਜੇ ਦੀ ਗੱਲ। ਜਦੋਂ ਉਦੋਂ ਕੋਈ ਕੈਮਰੇ ਨਹੀਂ ਸੀ, ਕੋਈ ਫੁਟੇਜ ਨਹੀਂ ਸੀ, ਪਰ ਇੱਕ ਪਿੰਡ ਵਾਲਿਆਂ ਨੇ ਕਿਹਾ ਵੀ ਜਦੋਂ ਇਸ ਟੈਰਰਿਸਟ ਨੂੰ ਫੰਡ ਜਾ ਕੇ SHO ਜਾ ਰਿਹਾ ਸੀ ਗੁਰਦੁਆਰਾ ਸਾਹਿਬ 'ਚ, ਉਸ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਵੀ SHO ਆ ਜਿਹੜਾ, ਉਹ ਜੁੱਤੀਆਂ ਲੈ ਕੇ ਅੰਦਰ ਚਲਾ ਗਿਆ, ਅਤੇ ਸਾਰਾ ਪਿੰਡ ਇਕੱਠਾ ਹੋ ਗਿਆ, ਨਾਰਾਜ਼ ਹੋ ਗਿਆ ਵੀ ਗੁਰੂ ਗੁਰਦੁਆਰੇ ਸਾਹਿਬ 'ਚ ਬੇਅਦਬੀ ਹੋਈ ਆ। ਅਤੇ ਸਰਦਾਰ ਬੇਅੰਤ ਸਿੰਘ ਜੀ ਨੇ ਇਹ ਗੱਲ ਐਲਾਨ ਕੀਤੀ ਵੀ ਮੈਂ ਉਸ ਪਿੰਡ ਆਊਂਗਾ, ਉਸ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਆਊਂਗਾ। ਬੜੇ ਲੋਕ ਇਸੇ ਤਰੀਕੇ ਇਕੱਠੇ ਹੋਏ, ਪਰ ਉਹ ਇਕੱਲੇ ਗਏ, ਐਜ਼ ਏ ਮੁੱਖ ਮੰਤਰੀ ਗੁਰਦੁਆਰੇ ਸਾਹਿਬ 'ਚ ਗਏ, ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇਹ ਗੱਲ ਕਹੀ ਵੀ ਮੈਂ ਇੱਕ ਮੁੱਖ ਮੰਤਰੀ ਹੋ ਕੇ ਮੈਂ ਇਸ ਗੱਲ ਦੀ ਮਾਫ਼ੀ ਮੰਗਦਾ, ਜੇ ਸਾਡਾ ਪੁਲਿਸ ਵਾਲਾ ਕੋਈ SHO ਕੋਈ ਅੰਦਰ ਗਿਆ, ਮੈਂ ਇਸ ਗੱਲ ਦੀ ਮਾਫ਼ੀ ਮੰਗਦਾ, ਪਰ ਨਾਲ ਦੀ ਨਾਲ ਇਹ ਯਕੀਨ ਦਵਾਇਆ ਵੀ ਮੇਰੇ ਰਾਜ 'ਚ ਅੱਜ ਤੋਂ ਬਾਅਦ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ, ਪਿੰਡ ਵਾਲਿਓ, ਪੰਜਾਬ ਵਾਲਿਓ, ਕਿਸੇ ਗੁਰਦੁਆਰਾ ਸਾਹਿਬ 'ਚ ਪੰਜਾਬ 'ਚ ਕੋਈ ਵੀ ਕਿਸੇ ਦੀ ਜ਼ਰੂਰਤ ਨਹੀਂ ਹੋਊਗੀ। ਜੁੱਤੀ ਲੈ ਕੇ ਤਾਂ ਬਹੁਤ ਜ਼ਰੂਰ ਦੀ ਗੱਲ ਆ, ਕੋਈ ਬੈਲਟ ਬੰਨ ਕੇ ਵੀ ਪੁਲਿਸ ਦਾ ਜਾਂ ਕੋਈ ਐਂਟਰ ਹੋ ਗਿਆ, ਅਤੇ ਦੁਬਾਰਾ ਸਾਰੇ ਹੀ ਪਿੰਡ ਵਾਲੇ ਪੰਜਾਬ ਵਾਲਿਆਂ ਨੇ ਉਸੇ ਵੇਲੇ ਉਹ ਧਰਨਾ ਖਤਮ ਕੀਤਾ, ਅਤੇ ਲੋਕਾਂ ਨੇ ਮੁੱਖ ਮੰਤਰੀ ਦੀ ਗੱਲ ਮੰਨੀ, ਅਤੇ ਉਹਨਾਂ ਨੇ ਰਾਜ ਕੀਤਾ, ਟੈਰਰਿਜ਼ਮ ਖਤਮ ਕੀਤਾ। ਪਰ ਕਿਸੇ ਵੀ ਨਾ ਕਿਸੇ ਗੁਰਦੁਆਰੇ 'ਚ, ਨਾ ਕਿਸੇ ਸੰਤ ਮਹਾਂਪੁਰਸ਼ ਨੇ, ਨਾ ਕਿਸੇ ਹੋਰ ਨੇ, ਕਦੇ ਉਹਨਾਂ 'ਤੇ ਕੋਈ ਵੀ ਇਲਜ਼ਾਮ ਨਹੀਂ ਲੱਗਿਆ ਸੀ, ਅਤੇ ਨਾ ਕਿਸੇ ਦੀ ਜ਼ਰੂਰਤ ਸੀ ਵੀ ਉਹ ਸਰਕਾਰ ਦੇ ਉਲਟ ਉੱਠ ਕੇ ਖਾਲਿਸਤਾਨ ਦੀ ਜਾਂ ਦੂਜੀ ਗੱਲ ਕਰ ਲਏ। ਇਹ ਹੁੰਦਾ ਰਾਜ, ਇਹ ਹੁੰਦਾ ਲੋਕਾਂ ਦਾ ਮੈਂਡੇਟ, ਕਿਉਂਕਿ ਤੁਹਾਡੇ ਪਿੱਛੇ ਲੋਕਾਂ ਦੀ ਤਾਕਤ ਆ, 3 ਕਰੋੜ ਲੋਕਾਂ ਦੀ ਤਾਕਤ। ਤੁਸੀਂ ਇਹੋ ਜਿਹੇ ਚੋਰ ਜਿਹਨਾਂ ਤੋਂ ਲੋਕ ਅੱਜ ਤੰਗ ਹੋਏ ਹੋਏ ਨੇ, ਜਿੱਥੇ ਜਾਂਦੇ ਨੇ ਅੰਨੇ ਵਾਹ ਕਿਰਪਾਨਾਂ ਨਾਲ ਵੱਢ ਦਿੰਦੇ ਨੇ, ਜਿੱਥੇ ਜਾਂਦੇ ਨੇ ਗੋਲੀਆਂ ਨਾਲ ਮਾਰ ਦਿੰਦੇ ਨੇ। ਇਹ ਅੰਮ੍ਰਿਤਪਾਲ ਵਰਗੇ ਜਵਾਕ 5 ਰਾਊਂਡਾਂ ਵਾਲੀਆਂ 315 ਪਤਾ ਨਹੀਂ 2-12 ਬੋਰਾਂ ਚੱਕ ਕੇ ਤੁਹਾਨੂੰ ਡਰਾਈ ਜਾਂਦੇ ਆ। ਤੁਸੀਂ ਪੁਲਿਸ ਨੂੰ ਨਿਹੱਤਾ ਕਰਕੇ ਉਹਨਾਂ ਤੋਂ ਮਰਵਾਉਣਾ ਚਾਹੁੰਦੇ ਹੋ। ਉਹ ਪੰਜਾਬੀ ਨਹੀਂ, ਉਹ ਕਿਸੇ ਦੇ ਮਾਂ ਦੇ ਪੁੱਤ ਨਹੀਂ ਗੇ, ਉਹਨਾਂ ਦੇ ਸਿਰਾਂ 'ਤੇ ਪੱਗਾਂ ਨਹੀਂ ਗੀਆਂ। ਤੁਸੀਂ ਕੱਲ੍ਹ ਹੋ ਯੁਵਰਾਜ ਸਿੰਘ ਸਾਡਾ SP ਜਿਹੜਾ ਦੁਨੀਆ ਦਾ ਓਲੰਪੀਅਨ ਰਿਹਾ, ਉਹਦੇ ਤੁਸੀਂ ਨਿਹੱਤੇ ਦੇ ਸੋਟੀਆਂ ਮਾਰੀਆਂ, ਡੰਡੇ ਮਾਰੀਆਂ, ਜਿਹਦੀ ਅੱਖ ਪਹਿਲਾਂ ਨਿਗਾਹ ਚਲੀ ਗਈ ਸੀ, ਇੱਕ ਓਲੰਪੀਅਨ ਬਹੁਤ ਵੱਡੇ ਦਾ ਬੇਟਾ ਹੈ। ਤੁਸੀਂ ਯਾਰ ਕਰਨ ਕੀ ਲੱਗੇ ਹੋ, ਜਿਹਨੇ ਪੰਜਾਬ ਦਾ ਦੁਨੀਆ 'ਚ ਨਾਂ ਰੋਸ਼ਨ ਕੀਤਾ ਉਸ SP ਨੇ, ਜਿਹਦੇ ਉੱਤੇ ਤੁਸੀਂ ਕੱਲ੍ਹ ਤੁਸੀਂ ਡੰਡੇ ਭਰਾਏ, ਪਰ ਉਹਨੇ ਸੀ ਨਹੀਂ ਕੀਤੀ। ਤੁਸੀਂ ਪੰਜਾਬ ਦੇ ਦੁਸ਼ਮਣ ਹੋ ਗਏ, ਇਹ ਬਾਹਰੋਂ ਆ ਕੇ ਜਵਾਕ
ਇਹ ਤੁਹਾਨੂੰ ਮਗਰ ਲਾਈ ਫਿਰਦਾ। ਤੁਸੀਂ ਸਾਰੇ ਸਿਆਣੇ ਬਹਿਣੇ, ਮੈਂ ਦੇਖਿਆ ਤੁਹਾਨੂੰ ਹੋਇਆ ਕੀ ਹੋਇਆ? ਤੁਸੀਂ ਆਪਣੇ ਪੰਜਾਬ ਨੂੰ ਅੱਜ ਕਿਹੜੀ ਟੌਪ ਪੋਸਟ ਆ ਦੁਨੀਆ 'ਚ ਜਿੱਥੇ ਪੰਜਾਬੀ ਨਹੀਂ ਬੈਠਾ? ਇਸ ਕਰਕੇ ਏਜੰਸੀਆਂ ਦੇਸ਼ ਮਗਰ ਲੱਗੇ ਨੇ ਵੀ ਇਹ ਸਿੱਖਾਂ ਨੂੰ ਪੰਜਾਬੀਆਂ ਨੂੰ ਲੜਾਓ ਦੱਬੋ, ਇਸ ਕਰਕੇ ਮੋਹਰਾ ਬਣਾ ਕੇ ਭੇਜਿਆ ਹੈ ਅੰਮ੍ਰਿਤਪਾਲ। ਇਹ ਮੈਨੂੰ ਚੈਲੰਜ ਕਰਦਾ, ਮੈਨੂੰ ਬੁਲਾਉਂਦਾ, ਮੈਂ ਤਾਂ ਤੁਰ ਪਿਆ ਸੀ। ਉਹ ਭਾਈ ਗੱਲ ਸੁਣ ਲਾ ਤੂੰ ਜਵਾਕਾ, ਐਂ ਚੈਲੰਜ ਮੈਨੂੰ ਕਰਤਾ ਸੀ ਇੱਥੇ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਅੱਤਵਾਦੀ ਬੈਠੇ ਸੀ ਖਾਲਿਸਤਾਨੀ, ਮੈਂ ਇਕੱਲਾ ਵਿਦਆਊਟ ਗਨਮੈਨ ਕਿਸੇ ਅਸਲੇ 'ਤੇ ਬਗੈਰ ਮੈਂ ਉੱਥੇ ਚਲਾ ਗਿਆ ਸੀ ਅਤੇ 5000 ਬੰਦਾ ਸੀ। ਮੈਂ ਕਿਹਾ ਮਾਰੋ ਲੈ ਮਾਰ ਸਕਦੇ ਹੋ ਜੇ ਹਿੰਮਤ ਆ, ਅਤੇ ਜ਼ੋਰ ਲਾ ਲਿਆ 5000 ਨੇ, ਡਾਂਗਾਂ ਕੁੱਟ ਮਾਰ ਮੇਰੇ ਨਾਲ ਕਰਕੇ ਮੇਰੀ ਦਸਤਾਰ ਲਾਈ ਵੀ ਜਿੰਨੀ ਵੀ ਮੈਂ ਕਿਸੇ 'ਤੇ ਪਰਚਾ ਦਰਜ ਨਹੀਂ ਕਰਾਇਆ, ਪਰ 5000 ਤੋਂ ਨਹੀਂ ਮੈਂ ਮਰਿਆ, ਉਹ 'ਚੋਂ ਨਿਕਲ ਕੇ ਆਇਆ। ਅਤੇ ਇਸ ਕਰਕੇ ਤੂੰ ਮੈਨੂੰ ਗੱਲ ਕਰੇਗਾ? ਅਸੀਂ ਤਾਂ ਖੱਬੇ ਜਾਂ ਸੱਜੇ ਬੰਬ ਫੜਦੇ ਸੀ ਜਦੋਂ ਚੱਲਦੇ ਸੀ, ਅਤੇ ਬੰਦੂਕਾਂ ਵੀ ਇੰਨੀਆਂ ਨਾਲ ਪਈਆਂ ਜਿਹਦੇ ਅਸਲੇ ਗਿਣੇ ਨਹੀਂ ਜਾਂਦੀਆਂ ਬੰਦੂਕਾਂ ਵੀ ਉਹ 'ਚ ਪੈਂਦੀਆਂ ਕਿੰਨੀਆਂ ਏ। ਆ ਤੂੰ ਡੰਡੇ ਜੇ ਚੱਕੀ ਲੱਕੜਦੇ ਫਿਰਦਾ, ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇਹ ਗੱਲ, ਪਰ ਦੁਬਾਰਾ ਧਮਕੀ ਵਾਲੀ ਗੱਲ ਨਾ ਕਰੀ ਕੋਈ। ਇਹ ਪੰਜਾਬੀ ਆ ਸੀ ਵੀ ਜੇ ਤੂੰ ਕਿਤੇ ਤੂੰ ਤਾਂ ਬਾਹਰ ਲਵਾਂ ਬਾਹਰੋਂ ਆਇਆ ਕਿਤੇ, ਤੈਨੂੰ ਤਾਂ ਪਤਾ ਹੀ ਨਹੀਂ ਪੰਜਾਬ ਦਾ ਮਾਰਦਾ ਗੱਲਾਂ। ਇਹ 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 ਸਰਕਾਰ ਕਮਜ਼ੋਰ ਹੋ ਸਕਦੀ ਜਿਹੜੀ ਤੈਨੂੰ ਫਿਰਨ ਦਿੰਦੀ ਆ? ਜੇ ਹੁੰਦਾ ਮੈਂ ਤਾਂ ਤੂੰ ਇੱਕ ਕਦਮ ਵੀ ਉਰੇ ਵੜ ਕੇ ਦਿਖਾਉਂਦਾ। ਤਾਂ ਗੱਲਾਂ ਸਰਕਾਰਾਂ ਦੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਏ, ਇੱਥੇ ਕੋਈ ਰਾਜਾਸ਼ਾਹੀ ਥੋੜ੍ਹੀ ਆ। ਜਦੋਂ ਲੋਕਾਂ ਨੇ ਜਿਹਨੂੰ ਬਣਾਇਆ ਏ ਉਹ ਉਰੇ ਰਾਜਾ ਏ, ਅਤੇ ਲੋਕਾਂ ਨੇ ਸਰਕਾਰ ਚੁਣੀ ਹੋਈ ਆ। ਕਮਜ਼ੋਰ ਆਮ ਆਦਮੀ ਦੀ ਸਰਕਾਰ ਆ ਜਿਹੜੀ ਕੁਛ ਕਰ ਨਹੀਂ ਸਕ ਰਹੀ। ਇਸ ਕਰਕੇ ਹਜੇ ਵੀ ਸੁਧਰ ਜਾਓ ਲੋਕੋ, ਤੁਸੀਂ ਦੁਬਾਰਾ ਆਪਣੀਆਂ ਧੀਆਂ ਭੈਣਾਂ ਨੂੰ ਬਚਾ ਕੇ ਆਪਣੀਆਂ ਖੁਸ਼ੀਆਂ ਬਚਾ ਕੇ ਰੱਖੋ, ਨਹੀਂ ਹਰ ਘਰ 'ਚ ਗੁੰਡੇ ਆਈ ਜਿਵੇਂ ਥਾਣੇ 'ਚ ਵੜੇ ਨੇ ਨਾ, ਇਹ ਤੁਹਾਡੇ ਘਰ ਘਰ ਵੜਨਗੇ। ਮੇਰੀ ਗੱਲ ਯਾਦ ਰੱਖਿਓ, ਬਚਾ ਲਓ ਆਪਣਾ ਪੰਜਾਬ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਸਾਫ਼ ਦੱਸਾਂ, ਜਿੰਨਾ ਵੀ ਪੰਜਾਬ ਪੁਲਿਸ ਜਿਹੜੇ ਕਿ ਉਹ ਆਪ ਪੰਜਾਬੀ ਨੇ, ਮੈਂ ਸਮਝਦਾ ਉਹਨਾਂ ਦਾ ਜਿਹੜਾ ਉਹਨਾਂ ਨੇ ਕੱਲ੍ਹ ਇੱਕ ਸਹਿਣਸ਼ੀਲਤਾ ਦਿਖਾਈ ਹੈ, ਕਿਉਂਕਿ ਪਹਿਲਾਂ ਹੀ ਬਹੁਤ ਵੱਡਾ ਪੰਜਾਬ 'ਚ ਇਸ ਗੱਲ ਦਾ ਬਹੁਤ ਵੱਡਾ ਰੋਸ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਆ ਬਾਦਲਾਂ ਵੇਲੇ। ਕੱਲ੍ਹ ਵੀ ਇਹਨਾਂ ਨੇ ਇਹੀ ਬਹੁਤ ਵੱਡੀ ਇੱਕ ਟਰੱਕ ਜਾਂ ਟੈਂਪੂ ਵੱਡਾ ਬਣਾ ਕੇ ਉਹਦੇ ਵਿੱਚ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਰੱਖੇ, ਅਤੇ ਉਹਨਾਂ ਨੂੰ ਇੱਕ ਬੈਰੀਗੇਟਾਂ 'ਚ ਮਾਰਨ ਦੀ ਸਕੀਮ ਨਾਲ ਉਹਨਾਂ ਨੂੰ ਅੱਗੇ ਵਧਾਇਆ। ਜੇ ਖੁਦਾ ਨਾ ਖਾਦਸਾ ਕੱਲ੍ਹ ਕਿਤੇ ਇੱਕ ਉਸ ਵਾਹਨ ਦਾ ਉਸ ਗੱਡੀ ਦਾ ਗੁਰੂ ਮਹਾਰਾਜ ਤੱਕ ਤਾਂ ਪਹੁੰਚਣ ਦੀ ਬਹੁਤ ਵੱਡੀ ਗੱਲ ਆ, ਜੇ ਕਿਤੇ ਸ਼ੀਸ਼ਾ ਵੀ ਉਸ ਗੱਡੀ ਦਾ ਟੁੱਟ ਜਾਂਦਾ ਤਾਂ ਮੈਂ ਸਮਝਦਾ ਪੰਜਾਬ 'ਚ ਦੁਬਾਰਾ ਅੱਗ ਲੱਗ ਸਕਦੀ ਸੀ। ਉਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਪੁਲਿਸ ਨੇ ਆਪਣੇ 'ਤੇ ਵਾਰ ਵੀ ਝੱਲੇ, ਆਪਣੇ 'ਤੇ ਕਿਰਪਾਨਾਂ ਖਾਧੀਆਂ, ਆਪਣੇ 'ਤੇ ਡੰਡੇ ਖਾਧੇ, ਆਪਣੇ 'ਤੇ ਜੋ ਕੁਛ ਨਹੀਂ ਇਹ ਉਹਨਾਂ ਨੂੰ ਕਮਰੇ 'ਚ ਬਿਠਾ ਕੇ ਬੋਲੇ, ਪਰ ਉਹਨਾਂ ਨੇ ਬਹੁਤ ਸਹਿਣਸ਼ੀਲਤਾ ਦਿਖਾਈ ਵੀ ਸਾਡੇ ਗੁਰੂ ਦਾ ਮਸਲਾ ਹੈ, ਸਾਡੇ ਗੁਰੂ ਨਾਲ ਨੇ। ਅਤੇ ਇਸ ਕਰਕੇ ਉਹ ਪਹਿਲਾਂ ਉਹਨਾਂ ਨੂੰ ਸਭ ਤੋਂ ਇਹ ਸੰਦੇਸ਼ ਜਿਹੜਾ ਮੈਂ ਜ਼ਰੂਰ ਦੇਣਾ ਚਾਹੁੰਦਾ ਵੀ ਤੁਸੀਂ ਆਪ ਆਪਣੇ ਆਪ ਦੇ ਚਾਹੇ ਲਹੂ ਡੋਲ ਲਿਆ, ਪਰ ਗੁਰੂ 'ਤੇ ਕੋਈ ਆਂਚ ਨਹੀਂ ਆਉਣ ਦਿੱਤੀ। ਜੋ ਇੱਕ ਅੰਮ੍ਰਿਤਪਾਲ ਅਤੇ ਇਹਨਾਂ ਦੀ ਟੀਮ ਕੱਲ੍ਹ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਰਾਉਣੀ ਚਾਹੁੰਦੀ ਸੀ, ਗੁਰੂ ਆਪ ਸਭ ਕੁਛ ਆ। ਅਤੇ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਬਈ ਇੱਕ ਸਰਕਾਰ ਨੇ ਬਹੁਤ ਵੱਡੀ ਕਮਜ਼ੋਰੀ ਦਿਖਾਈ ਹੈ ਕੱਲ੍ਹ। ਉਹ ਮੈਂ ਮੰਨ ਸਕਦਾ ਇੱਕ ਪਾਸੇ ਪੰਜਾਬ ਇਨਵੈਸਟਮੈਂਟ ਹੋ ਰਹੀ ਸੀ, ਸਮਿਟ ਚੱਲ ਰਹੀ ਸੀ ਵੀ ਬਹੁਤ ਪੰਜਾਬ ਤੋਂ ਬੜੇ ਜਿਹੜੇ ਇੰਡਸਟਰੀਅਲਿਸਟ ਨੇ ਦੇਸ਼ ਤੋਂ ਦੁਨੀਆ ਤੋਂ ਉਹ ਇੱਥੇ ਆਏ ਹੋਏ ਸੀ। ਇੱਕ ਇਹ ਬਹੁਤ ਹੀ ਸੋਝੀ ਸਮਝੀ ਪਲੈਨਿੰਗ ਨਾਲ ਹੋ ਸਕਦਾ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਏਜੰਸੀਆਂ ਕਿਉਂਕਿ ਮੁਲਕਾਂ ਦੀਆਂ ਤਬਾਹ ਕਰਨ ਲੱਗੀਆਂ। ਕਿਉਂਕਿ ਇੱਕ ਗੱਲ ਨੂੰ ਸਮਝੋ, ਦੁਨੀਆ ਦੇ ਕਿਸੇ ਵੀ ਚਾਹੇ ਅਮੈਰੀਕਾ ਚਲੇ ਜਾਓ, ਬੜੀ ਤੋਂ ਬੜੀ ਕੰਪਨੀ ਦਾ MD CEO ਕੌਣ, ਮਾਲਕ ਕੌਣ ਆ, ਉਹ ਇੱਕ ਪੰਜਾਬੀ ਆ, ਇੱਕ ਉਹ ਪੱਗ ਵਾਲਾ ਏ। ਦੂਜੀ ਗੱਲ ਜੇ ਪੋਲੀਟੀਕਲ ਦੇਖ ਲਈਏ, ਕਿਤੇ ਪ੍ਰਾਈਮ ਮਿਨਿਸਟਰ ਬਣ ਰਹੇ ਆ, ਕਿਤੇ ਫੌਜ ਦੇ ਜਰਨੈਲ ਬਣ ਰਹੇ ਆ, ਮੈਂਬਰ ਪਾਰਲੀਮੈਂਟ MP ਤਾਂ ਕੋਈ ਸ਼ਹਿਰ ਐਸਾ ਹੋਣਾ ਹੀ ਨਹੀਂ ਗਾ ਜਿੱਥੇ ਪੰਜਾਬੀ ਨਹੀਂ ਗਾ। ਇਸ ਕਰਕੇ ਉਹ ਪੰਜਾਬੀਆਂ ਨੂੰ ਬਹੁਤ ਵੱਡੀ ਸਾਜਿਸ਼ ਨਾਲ, ਡੂੰਘੀ ਸਾਜਿਸ਼ ਨਾਲ ਉਹ ਇਹ ਕੰਮ ਕਰਨਾ ਚਾਹੁੰਦੇ ਆ। ਉਹਦੇ ਵਿੱਚ ਇੱਕ ਮੋਹਰਾ ਜਿਹੜਾ ਬਗਾਨਾ ਪੰਜਾਬੀ ਤਾਂ ਹੈ ਨਹੀਂ ਅੰਮ੍ਰਿਤਪਾਲ, ਜੁੰਮਾ 28 ਸਾਲ ਦਾ ਬਾਹਰੋਂ ਮੁੰਡਾ ਟ੍ਰੇਨਡ ਕਰਕੇ ਪੰਜਾਬ 'ਚ ਅੱਗ ਲਾਉਣ ਨੂੰ ਭੇਜਿਆ ਏ, ਸਾਡੇ ਕੋਈ ਅੰਮ੍ਰਿਤ ਸੰਚਾਰ ਕਰਾਉਣ ਨੂੰ ਉਰੇ ਕਿਤੇ ਸੰਤ ਮਹਾਂਪੁਰਸ਼ ਨਹੀਂ ਗਏ?
वड्डे तो वड्डे संपर्दा डेरे वड्डे तो वड्डे गुरु नाल जोड़न लई साढ़े गुरद्वारा साहब एस जी पी सी चाहे दमदमी टकसाल हो चाहे जथेदार साहब हो चाहे कुछ किस के मतभेद हो पर जिहड़े आ लगातार अमृत संचार हो रहा है ये जिहड़ा है एक बहरूपिया जिहड़ा आया है। तो फिर इन्होंने एक नवी गल पहला भी साढ़े गुरु गुरद्वारे साहब ते गोलियां चलवाइया कुछ लोगों ने हथियार लैके गंदे काम करन लई रेप करन लई गुरद्वारियां दे कमरे यूज किए उही काम ये जनाब जिहड़े नवे आए आ इन्होंने भी गुरद्वारे च वड़ गए उत्थे गुरद्वारियां च साहब जी कोई नशेड़ी ने वह वाले हुए है कोई दूजे ने असले वाले बंदूकां चक्कण वाले गैंगस्टर जिहड़े बदमाश ने वह वाड़े हुए ने। हुण मैनूं इह दसो भी इन्हां ने ओपन जंग आ जिहड़ी कल छेड़ी आ हुण पुलिस किन्ना चिर चुप करेगी अखीर पुलिस रिटैलीएट करेगी। कल मैं देख रहा सी पुलिस दे हाथ च किसी दे कोई डंडा नहीं डंडे तो सवाए किसी दे कोई बंदूक नहीं सी कुछ नहीं सियाणफ कीती क्योंकि यह तो विदेशी आ ये बच्चा तो विदेशी आ पर जिहड़े नाल सारी संगत आ वह तो साढ़े ने पुलिस उन्होंने किमें गोली चला सकती है किमें उन्होंने कुछ कर सकती है मैनूं यह दसो उन्हों का यह फायदा ले रहा। तो ये गल कही जा रही है पंजाबी उरे गुलाम ने जी उरे स्टेट साढ़े उल्टा जी असकल बिल्कुल असी अपना इस देश कौन कहता ये चार ये को 800 बंदा 1000-2000 होगा वो तो वा ये मगर लगे है भी बहरों आया शायद ये बहरों आया बड़े छेती साढ़े उरे दे कई लोग लग जाते हैं बाहर समझ के पर इस गल नूं बहुत सरकार नूं अज तुसी इहदे कहे ते बंदा एक छड्ड दे कल नूं इह किसे होर कहूगा जी सब तो वड्डे लॉरेंस बिश्नोई नूं छड्डो कल नूं किसे होर जिहड़े नूं सो कॉल्ड बंदी सिख ने उहनां दे मोर्चे ते जाके कहूगा छड्डो कित्थे तक तुसी चलदे जाओगे। इस करके भगवंत मान सरकार नूं भी माड़ी मोटी ताकत अपने जोर दिखाउणा पऊ। उदों बाद इह कल दरवाजे च खड़ा कह रहा सी इह भी मैं रवनीत बिट्टू नूं चैलेंज करदा भी आ जाए उरे आ जाए मैं तो तैयारी शुरू की इसे जाने की भी मैं तुरन लग्या उदू पहले ही उठाणा छड़ के निकल गया। वो भाई साहब गल सुन मैं कोई हंकार नाले गल नहीं करता मैं कोई ये गल दे कोई जड़ी कोई गल आ मैं हवा च नहीं कदे करता तू तो काका पांच पांच गोलियां वाली बंदूकों ले फिरदा ये आले दुआले सज्जे खब्बे है तेरे जदों असी हालात देखे आ ना सज्जे भी बंब फटते खब्बे भी बंब फटते उस चो निकलते ते इन इन बंदूकां सज्जे खब्बे पईआं हुंदियां सी जी राउंड नहीं गिने जांदे तू किहड़ियां जवाकां वालियां गल्लां करदा तां ही तैनूं मैं बच्चा कहना भी तू देखे ही कुछ नहीं है जी जिहड़ा एस एस पी भी ने ना इत्थे जिन्हां नाल तू गल उच्चा नीवा बोल रहा सी पता कर ली वो एस एस पी साहब किहदे बेटे ने पता कर ली जिन्हां गल कर रहा सी इस करके वो तो तैनूं बच्चा समझ के तेरियां गल्लां सुन रहे सी पर पता जरूर कर ली भी वो एस एस पी कौन ने। इस करके वो असी बड़े हालात देखे ने बड़ा कुछ देखिया है तू तो हजे जुमा जुमा अच 24-28 साल की तेरी उम्र आ ते इस करके तेनू पता की और हालात की रहे आ। इस करके किते ना किते सरकार नू बाकी एवी नहीं सरकारा नाल जां होरां नाल बेवादू रोज जे तेरे अर्गे जिहड़े पंगे लेंदे आ ना रोज़ इनकाउंटर हुंदे आ परसों ही होके हटिया डेरा बसी जदों तुसी हद्दां टप्पोगे फिर ये सरकारां फिर ये तंत्र मुड़ के मामा दे पुत फिर लभदे नहीं बड़िया चिर मामा रोंदियां है घर वालियां विधवा होके बह जांदियां है बच्चे जतीम होके रह जांदे आ। इस करके ये गोलियां दा गल कहनी सौखी आ लेकिन बिट्टू जी आप ये जान जेणी सौख कहनी बड़ी सौखी आ पर जिहड़े पिछों रुलदे आ ना उहनां दा पता करो। इस करके हजे भी टाइम आ हाँ कोई भी तुसी गल करनी है करो थोनू कोई रोकदा नहीं गा पर तुसी थोनू की तो खतरा है दसो तुसी एक गल होर कही एक पासे दा तुसी कह रहे हो मैं डरदा नहीं मैं बड़ा दलेर हाँ जी मेरा सिर लै लो दूजे पासे नाल ही कह दें भी मेरे जिहड़े बंदे ने फड़े जा रहे आ उन्हां दे असला जमा करवाया जा रहा बंदूकां जमा करवाइया जा रही है भी मैनू मार दिता जाए लै दसो भाई एक पासे तू कहना मैं डरदा नहीं किसी तो बच्चा दूजे पास बच्चा कहता मेरे बच्चों नूं जिहड़े आ बंदूकां जमा करा लिया मैनू मारन की स्कीम आ जदों तू मरनों नहीं डरदा तो फिर असलियां तो की लैना है
फिर आप बंदूकों कद लिए खड़िया करके रखते हैं कि इन्हों डराने पांच पांच छे छे गोलियां नहीं पैंदी इन्हां च। इस करके बहुत एक हासोहीन गल आ जिहड़ी एक इनू मैं हाथ जोड़ के सारे मेरे भरावां नूं कहना चाहुंदा तुसी ये ना लगो मगर ये अगे भी ऐसे बाणियां च लोकां ने गुरुद्वारे साहब च लुक के बहुत निहत्ते लोगों नूं 35,000 लोगों नूं मराया शहीद करवाया चाहे वह अपने टैरिस सी चाहे वह पुलिस वाले से चाहे आम लोग सी। मसां शांति आई आ मसां पंजाब चंगा चल रहा तो दुनिया के कोने कोने च मैनूं इह तां दसो भी कित्थे पंजाबी राज नहीं कर रहा वो थोनू मेरे ना वध पता है एवं मैं कही जावां बार बार उस गल का कोई फायदा नहीं। लेकिन सर मानते हैं आप सिख ही सिख का दुश्मन होता जा रहा है क्योंकि कल की जो तस्वीर देखी है पुलिस वालों पर अटैक मैं तो ये गल कह दिना एक गल मेरी समझ लो पुलिस वाले कई चैनलों पर बैठे बेचारे ने अपनी गल कही है मैं ऑफिसर साहबानों भी कहना चाहना तुसी किसी भी सरकार के कमजोरी के थले बिल्कुल दबना नहीं चाहिए जिन्हां दे सिर पाड़े आ वह बेचारा बैठा कह रहा है भी मेरे मैं किस तरीके ना मेरी जान बची आ तुसी उन्हां दियां राइफलां बंदूकां जो भी उन्हां कोल आ वह तुसी उन्हां तों पहला जब्त करा लैंदे हो फिर उन्होंने निहत्ते आ जिहड़े एक कातलां दे मूहरे जिहड़े कृपाना असले लैके आउंदे आ वह खाखी वर्दी नूं तुसी इन्हां दे मूहरे करदे हो। इस करके सरकार इस गल तों भी बाज आवे ते जिहड़े उन्हां दी शिकायत तुसी अमृतपाल एडी कमजोर थोड़ी सरकार आम आदमी पार्टी की गल्लां तुसी बड़िया बड़िया करते हो तुसी पुलिस नूं कटवा के उन्हां दी FIR दर्ज भी नहीं कर रहे थोनू इन्ना सहम आ थोड़ा नहीं छड़ के परे हो जाओ तुसी छड़ के परे हो जाओ असी सांभ लांगे अपने आप सरकार देख लांगे किहड़ा कुसकदा उरे असी इह दुबारा पंजाब च गिद्धे भंगड़े मेले लाउण लाए ने यही पंजाब सी जिथे इन्हां ने 4 बजे 5 बजे बंद हो जांदा सी बंब चलन लग जांदे सी गोलियां चलन लग जांदियां सी तुसी दुबारा वह पंजाब बना चाहते हो लोग छड़ के चले गए सी पंजाब नूं अज वह हालात दुबारा तुसी खड़े करते। मैनूं परसों दे टैलीफोन आ रहे लोगों के लुधियाने तो जलंधर तो अमृतसर साहब तो हरेक कहिंदा चंगा मंदा भी यार किवें उरे बाहर पता नहीं कद किसी ने की कर देना है ऐ लोग मूँह बन्नी फिरते मूँह लबेटे हुए असले चके आ हर मोड़ ते कितें भी कृपाना ना वढ़ देंदे आ चक देंदे आ पंजाब च कोई रहण नूं तैयार नहीं तुसी किहड़े खालिस्तान की गल करदे हो बई। इस करके मैं ज़्यादा नहीं कहना पर बहुत गंभीर हालात ने ये जाके गल्लां सारे इस गलते हालात विचारने चाहिए आ पर सरकार जिहड़ी लोगों ने चुनी आ मैनू लगता बहुत वीक सरकार आ कमजोर सरकार आ जिहदे च ये हालात पैदा होण दिते जा रहे ने नहीं की जरूरत किसे दी यार वो हथियार लैके बाहर फिरे यही मैं एक गल होर कहना वह पन्नू आ तेरी अग लाई आ हुण तू भी बैठा देखदा होएगा उत्थे ये तेरी अग लाई आ तू ए रोज़ खालिस्तान दे नारे लवा के लोगों को डॉलर पाउंडा नाल रोज़ लालच दे दे वो जिन्ने भी तू गुंडे पैदा किए सी आ सारे तेरे लुट के लै गए अमृतपाल जिन्ने भी 3,000-4,000-2,000 जिहड़े तू उत्थों डॉलर भेज भेज खालिस्तान कंधा ते लिखाउंदा सी पन्नूआं हुण तेरे पल्ले भी कुछ नहीं रहना तेरे सारे जिहड़ी आ दूजा किवें इक हुंदा ना जदों छोटा बदमाश बड़ा बदमाश आ जांदा जिहड़े वह ग्रुप वाले डरते वो बड़े ना लग जाते हैं तो हुण पन्नू एक छोटा सी उदू बड़ा बदमाश आ गया बाहरों तो वो लग गए जिहड़े गुंडे सी। इस करके किसी ने नहीं रहना ये जिहड़े इन्हों भी देखांगे जिहड़े मसलियां देंदे आ ना पैसे भेजते इत्थे अग लवाउंदे आ बाहर बैठ के कई लोग कदे इहनूं मर्सडीज देती कदे इहनूं होर देती उन्हां दा भी खाते जिहड़े आ ये चैक कराने भी ये कित्थों आ नहीं सरकार करावे नहीं फिर असीं तां जिहड़ा ए अपने हिसाब नाल असीं पंजाब नूं पंजाबियों नूं अग लगन नहीं देनी पंजाब नूं मरन नहीं देना। अज कोई हालात देखो की बने हुए ने शहर बंद पे आ शटर दुकाना दे सटे पे आ ते ये किहड़ी विक्टरी मार्च कर रहे आ जी ये दिखाउणा की चाहुंदे आ वह भी साढ़े गुरु ग्रंथ साहब जी नूं मूहरे ला के। इस करके बहुत ही ये माड़ी गल आ ये नवी पिरत जिहड़ी पाउणा चाहुंदे आ भी कोई भी कल नूं उठू वह गुरु ग्रंथ साहब जी नूं मूहरे ला के किसी भी पुलिस स्टेशन चले जाऊ किसी भी दफ्तर चले जाऊ ये गुरु ग्रंथ साहब जी नूं जिहड़ा कि असी इन्नी रहत मर्यादा नाल उन्हां नूं रखदे आ ये थाणियां च गुरु ग्रंथ साहब जी नूं लई फिरदे आ ये जिहड़े बंदे बंदूकां गोलियां असले चक्की फिरदे आ कैसे कैसे बंदे आ उह च गुरु ग्रंथ साहब जी नूं लई फिरदे आ
इस करके गुरु ग्रंथ साहब गुरुआ ने सानू दित्ती सी साडा 11वें गुरु, इस करके बख्शो पंजाब नू, बख्शो पंजाब नू। ये लोगों तुसी भी समझो, थोड़े कोल मौका है, टाइम आ, समझ लो, नहीं दोबारा पंजाब च जिहड़ी आ अग लगू। पंजाब च किसे ने कुछ नहीं पुछना, जिवें जम्मू कश्मीर च तबाही होई आ, उही दोबारा जिहड़ी सरदार बेअंत सिंह जी उरे ठल पा के गए सी, जिहड़ा उरे ठंड पा के गए सी, निग दे के गए सी, ਇਹ ਦੁਬਾਰਾ ਪੰਜਾਬ 'ਚ ਆ ਕੁਛ ਹੋਊਗਾ। ਇਹੋ ਜਿਹੇ ਗਰੁੱਪ ਅੰਮ੍ਰਿਤਪਾਲ ਵਰਗੇ ਪਤਾ ਨਹੀਂ ਕਿੰਨੇ ਕੁ ਪੈਦਾ ਹੋ ਜਾਣਗੇ, ਜਿਹੜੇ ਇੱਕ ਦੂਜੇ ਨਾਲ ਇਹ ਰੋਜ਼ ਲੜਨਗੇ, ਝਗੜਨਗੇ, ਮਾਰਨਗੇ। ਅੱਜ ਤਾਂ ਇੱਕ ਅੰਮ੍ਰਿਤਪਾਲ ਆ ਨਾ, ਜੇ ਐਂ ਚੱਲਦਾ ਰਿਹਾ ਸਰਕਾਰ ਸੁੱਤੀ ਰਹੀ, ਪਤਾ ਨਹੀਂ ਕਿੰਨੇ ਕੁ ਅੰਮ੍ਰਿਤਪਾਲ ਹਰੇਕ ਆਪਣੀਆਂ ਬੰਦੂਕਾਂ ਚੱਕੂਗਾ, ਗਰੁੱਪ ਬਣਾਊਗਾ ਤੇ ਉਹ ਆ ਕੰਮ ਕਰਦਾ ਫਿਰ। ਲੇਕਿਨ ਬਿੱਟੂ ਜੀ, ਆਪ ਮਾਨਤੇ ਹੈ ਕਿ ਇੱਕ ਤਰਫ ਇਨਵੈਸਟਮੈਂਟ ਪੰਜਾਬ ਹੋ ਰਹਾ ਹੈ ਔਰ ਦੂਸਰੀ ਤਰਫ ਇਹ ਘਟਨਾ ਆ ਹੋਗੀ ਇਨਵੈਸਟਮੈਂਟ, ਕੀ ਲੱਗਦਾ ਹੈ ਕਿ ਕਹੀਂ ਨਾ ਕਹੀਂ ਇੱਕ ਬੜੀ ਸਾਜ਼ਿਸ਼ ਦਾ ਹਿੱਸਾ? ਨਹੀਂ, ਸਾਜ਼ਿਸ਼ ਤਾਂ ਅਪ ਦੇਖੋ, ਪੰਜਾਬ ਇੱਕ ਬਾਰਡਰ ਸਟੇਟ ਆ, ਤੁਹਾਨੂੰ ਮੈਂ ਦੱਸਿਆ ਪੰਜਾਬੀ ਹਰ ਜਗ੍ਹਾ ਤੇ ਉੱਭਰ ਰਿਹਾ ਏ, ਦੁਨੀਆ 'ਚ ਉਹਦਾ ਨਾਮ ਬਣ ਰਿਹਾ, ਉਹ ਤਾਂ ਕਰਨਾ। ਪਰ ਆ ਸਾਡੇ ਆ ਬਦਕਿਸਮਤੀ ਸਾਡੀ ਪੰਜਾਬ ਦੀ, ਵੀ ਜਦੋਂ ਵੀ ਇੱਥੇ ਕੁਛ ਚੰਗਾ ਹੋਣ ਲੱਗਦਾ ਏ ਆ ਕਰਤੀ ਇਨਵੈਸਟਮੈਂਟ ਇਹਨਾਂ ਨੇ, ਆ ਗੋਲੀਆਂ ਬੰਦੂਕਾਂ ਦੀ, ਕਿਰਪਾਨਾਂ ਦੀ, ਡੰਡਿਆਂ ਦੀ, ਹੋ ਗਈ ਇਨਵੈਸਟਮੈਂਟ ਉਰੇ। ਇਹਨਾਂ ਨੂੰ ਕਿਹੜਾ ਨੌਕਰੀਆਂ ਦੇ ਦੂਗਾ? ਮੈਨੂੰ ਦੱਸੋ ਕਿਹੜੀ ਇੰਡਸਟਰੀ ਆ ਕੇ ਇਹ ਕਿਰਪਾਨਾਂ ਵਾਲਿਆਂ ਨੂੰ, ਡੰਡਿਆਂ ਵਾਲਿਆਂ ਨੂੰ, ਬੰਦੂਕਾਂ ਵਾਲਿਆਂ ਨੂੰ ਕੋਈ ਨੌਕਰੀ ਦੇ ਦੂਗਾ? ਜਿਹੜੀ ਫੈਕਟਰੀ ਅਗਲਾ ਘੋਰੇ ਲਾਵਾਂਗੇ ਤਾਂ ਜੀ ਕੱਲ੍ਹ ਨੂੰ ਇਕੱਠੇ ਹੋ ਕੇ ਹਰੇਕ ਚੀਜ਼ 'ਤੇ ਆ ਕੇ ਕਬਜ਼ਾ ਕਰ ਲੈਣਗੇ। ਹੋ ਗਈ ਇੰਡਸਟਰੀ ਸਮਿਟ, ਜਿਹੜਾ ਸੀ 2 ਦਿਨ ਦਾ ਹੋਣਾ ਸੀ, ਉਹ ਚੰਗਾ ਨੰਗਾ ਨਾਚ ਜਿਹੜਾ ਏ ਅੰਮ੍ਰਿਤਪਾਲ ਨੇ ਏਜੰਸੀਆਂ ਦੇ ਨਾਲ, ਇਨਵੈਸਟਮੈਂਟ ਪੰਜਾਬ ਦੇ, ਉਹੀ 2 ਦਿਨ। ਇਹਦੇ ਪਿੱਛੇ ਕੀ ਕਾਰਨ ਆ? ਇਹ ਸਰਕਾਰ ਵੀ ਨਾਕਾਮ ਹੋਈ ਜਦੋਂ ਉਹਨੂੰ ਪਤਾ ਸੀ ਵੀ ਇਹ 2 ਦਿਨ ਇਨਵੈਸਟ ਪੰਜਾਬ ਦੇ ਆ, ਇਹ ਕਿਵੇਂ ਟੈਕਲ ਕਰਨਾ ਏ, ਵੀ ਇਹ ਏਜੰਸੀਆਂ ਜਿਹੜੀਆਂ ਮੁਲਕ ਨੇ ਬਾਹਰਲੇ ਉਹ ਲੱਗਣਗੇ ਪੰਜਾਬ ਨੂੰ ਤਬਾਹ ਕਰਨ ਲਈ। ਉਹ 2 ਦਿਨ ਉਹਨਾਂ ਨੇ ਕਰਤੀ, ਇੱਥੇ ਦੁਨੀਆ 'ਚ ਜਿਹੜੇ ਅਮੀਰ, ਵੱਡੇ ਤੋਂ ਵੱਡੇ ਅਮੀਰ ਉਰੇ ਫੈਕਟਰੀਆਂ ਲਾਉਣ ਆਏ ਸੀ, ਉਹ ਦੇਖ ਕੇ ਹਾਲਾਤ, ਉਹ ਤਾਂ ਜਹਾਜ਼ ਚੜ੍ਹ ਵੀ ਗਏ। ਤੁਸੀਂ ਇਨਵੈਸਟਮੈਂਟ ਪਾਲਦੇ ਹੋ, ਉਹ ਤਾਂ ਆਪਣੇ ਲੂੰਗੀ ਜਿਹੜੀ ਅਟੈਚੀ ਲੈ ਕੇ ਬੰਨ ਕੇ ਆਪਣੇ ਕੱਪੜੇ, ਉਹ ਤਾਂ ਚਲੇ ਗਏ। ਲੇਕਿਨ ਬਿੱਟੂ ਜੀ, ਅਗਰ ਬਾਤ ਕਰੇ ਕੈਪਟਨ ਅਮਰਿੰਦਰ ਸਿੰਘ, ਪੂਰਵ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਕਿਹਾ ਹੈ ਕਿ ਕਹੀਂ ਨਾ ਕਹੀਂ ਇਸਦੇ ਪਿੱਛੇ ISI ਔਰ ਪਾਕਿਸਤਾਨ ਹੈ। ਯਾਰ, ਕੈਪਟਨ ਅਮਰਿੰਦਰ ਸਿੰਘ ਹੁੰਦੇ ਖੰਘਣ ਨਹੀਂ ਦੇਣਾ ਸੀ ਕਿਸੇ ਨੂੰ, 10 ਸਾਲ ਰਾਜ ਉਹਨਾਂ ਨੇ ਵੀ ਕੀਤਾ ਹੀ ਹੈ ਨਾ, ਕੀ ਮਜਾਲ ਸੀ ਐਸਾ ਕੋਈ ਕੋਈ ਆ ਕੇ ਉਰੇ ਵੜ ਵੀ ਜਾਵੇ? ਇਹ ਕਮਜ਼ੋਰ ਸਰਕਾਰ ਆ, ਬੋਲੀ ਜਾਂਦੇ ਆ, ਮੈਂ ਦੇਖ ਰਿਹਾ ਮਿਨਿਸਟਰ ਕਿਸੇ 'ਚ ਹਿੰਮਤ ਨਹੀਂ ਗੀ। ਗਰੀਬ ਆਦਮੀਆਂ ਦੀ ਜ਼ਮੀਨਾਂ 'ਤੇ ਕਬਜ਼ੇ ਕਰਾਉਣੇ ਆ, ਉੱਥੇ ਜਾ ਕੇ ਉਹਨਾਂ ਤੋਂ ਖੋਣੀਆਂ 2-2 ਕਿੱਲੇ, ਪਰ ਜਿਹੜੇ ਇਹੋ ਜਿਹੇ ਫਿਰਦੇ ਆ, ਇਹ ਕਈ ਮੰਤਰੀ ਨੇ ਉਹਨਾਂ ਦੇ ਜ਼ਿਲ੍ਹੇ ਦੇ ਜਿੱਥੇ ਇਹ ਕੁਛ ਹੋ ਰਿਹਾ, ਉੱਥੇ ਵੜਨ ਤਾਂ। ਇਸ ਕਰਕੇ ਬਹੁਤ ਮੈਂ ਤਾਂ ਅੱਜ ਦੁੱਖ ਨਾਲ ਕਹਿ ਰਿਹਾ ਜੀ, ਗੱਲ ਅਫਸੋਸ ਹੁੰਦਾ ਏ ਵੀ ਪੰਜਾਬੀਆਂ ਦਾ ਬਣੂਗਾ ਕੀ, ਪੰਜਾਬ ਦਾ ਬਣੂਗਾ ਕੀ? ਗੱਲ ਤਾਂ ਤਕਲੀਫ ਇਹ ਹੁੰਦੀ ਆ, ਹੋਰ ਨਹੀਂ ਕੋਈ ਕੁਛ। ਅਸੀਂ ਤਾਂ ਜੋ ਦੁੱਖ ਇਹ ਹੁੰਦਾ ਵੀ ਯਾਰ, ਆਪਣੀ ਕੁਰਬਾਨੀ, ਆਪਣੀ ਸ਼ਹਾਦਤ ਦੇ ਕੇ ਪੰਜਾਬ 'ਚ ਅਮਨ ਸ਼ਾਂਤੀ ਲਿਆਂਦੀ ਸੀ, ਅਤੇ ਅੱਜ ਪੰਜਾਬੀਆਂ ਤੋਂ ਅਮਨ ਸ਼ਾਂਤੀ ਸਾਂਭ ਨਹੀਂ ਹੋ ਰਹੀ। ਅੱਜ ਪੰਜਾਬ 'ਚ ਦੁਬਾਰਾ ਅੱਗ ਲਵਾਈ ਜਾ ਰਹੀ ਆ, ਉਸ ਅੱਗ ਨੂੰ ਹਜੇ ਵੀ ਬਚਾ ਲਓ। ਜਿਵੇਂ ਕਹਿੰਦੇ ਹਨ ਵੀ ਇੱਕ ਇੱਕ ਚਿੜੀ ਨੇ ਆਪਣੀ ਚੁੰਝ 'ਚੋਂ ਭਰ ਭਰ ਇੱਕ ਇੱਕ ਤੁਪਕਾ